रियल इवेंट्स तो लैके थोड़ी चीज़ा करके आपां पूरी फिक्शन क्रिएट की है दो भरावां दी कहानी जो किरदार सोचते हो तो तुहानू लगता है कि यार किरदार यह बंदा ज़्यादा वधिया कर सकता एज एन एक्टर क्योंकि जिहड़े बॉर्डर साइड के पिंड ने जिहड़ा बॉर्डर साइड उत्थे डिवेलपमेंट घट है। मैं खुद गुरदासपुर का तो मैं तो 25-30 साल तो एक ही जगह देखी थी और कोई डिवेलपमेंट अजे तक तो हुई नहीं तो मैंने लगता है कि वो जो स्ट्रक्चर्स ने हजे भी उत्थे मेंटेन शायद लाल रंग टू की बातें से अपने खुद के काम से ना इम्प्रेस होके और मैं कोशिश करता हूँ कि जीरो पे जाके फिर से शुरू करूँ। नहीं देखो पंजाब पार्टीशन तो बाद दो दौर ते उरे काफी खतरनाक रहे ने जिस च दोनों चीजा भावे इंसर्जेंसी का टाइम हो या ड्रग का टाइम हो ते ओ रहे ने टाइम ते ओना मेरा शुरू तो सी कि कुछ ना कुछ कहानी ते कहनी चाहिदी है बिंग सिख सरदार मैं भी हाँ ते उस हिसाब नाल ते फिर जदों मैं एक दो बंदे नूं मिलिया सी ते मैनूं बड़ा इंट्रीगिंग लग्गिया सी कि ओ किस तरह उहनां दी जिंदगी चली हुई उस वक्त ते बाकी ते पूरी फिक्शन है आपां रियल इवेंट्स तो लैके थोड़ी चीज़ा करके आपां पूरी फिक्शन क्रिएट की है दो भरावां दी कहानी है। जो किरदार सोचते हो तो लगता है कि यार किरदार यह बंदा ज्यादा वधिया कर सकता है एज एन एक्टर तो वह आपां उदों सोचने एज एन एक्टर नॉट एज अ कि वह बंदा कित्थे दा है वह बंदा कित्थे दा है ते मैं भाजी नाल काम भी कीते दा सी रणदीप भाजी नाल ते मैनूं लग्गिया कि ओह किरदार च ज्यादा वधिया लगन कैरेक्टर वाइज पर इक सरदार बॉलीवुड दा वी हैगा ਉਹ ਪੁਰਾਣੇ ਦੌਰ ਦੀਆਂ ਜਿਹੜੀਆਂ ਲੋਕੇਸ਼ਨ ਸੀਗੇ ਜੀ ਉਹ ਟਾਈਮ ਦਿਖਾਉਣ ਲਈ ਉਹ ਕਿਵੇਂ ਮੈਨੇਜ ਕੀਤਾ ਕਿੱਥੇ ਕਿੱਥੇ ਸ਼ੂਟਿੰਗ ਹੋਈ ਹੈ ਜੀ ਆਪਾਂ ਪੂਰੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇੱਥੇ ਸ਼ੂਟ ਕੀਤੀ ਹੈ ਕਿਉਂਕਿ ਉਹ ਮੈਨੂੰ ਲੱਗਦਾ ਕਿ ਬਿਕੋਜ਼ ਉਹ ਇੱਕ ਹਿਸਟੋਰੀਕਲ ਸਿਟੀਜ਼ ਨੇ ਤੇ ਉਹਨਾਂ 'ਚ ਉਹ ਤੁਹਾਨੂੰ ਸਟਰਕਚਰ ਉਹ ਚੀਜ਼ਾਂ ਤੁਹਾਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਮਿਲ ਸਕਦੀਆਂ ਤੇ ਵੈਸੇ ਵੀ ਜਿਹੜੇ ਬਾਰਡਰ ਸਾਈਡ ਦੇ ਪਿੰਡ ਨੇ ਜਿਹੜਾ ਬਾਰਡਰ ਸਾਈਡ ਦੇ ਉੱਥੇ ਡਿਵੈਲਪਮੈਂਟ ਘੱਟ ਹੈ ਮੈਂ ਖੁਦ ਗੁਰਦਾਸਪੁਰ ਦਾ ਤੇ ਮੈਂ ਤੇ 25-30 ਸਾਲਾਂ ਤੋਂ ਇੱਕ ਹੀ ਜਗ੍ਹਾ ਦੇਖੀ ਸੀ ਔਰ 'ਚ ਕੋਈ ਡਿਵੈਲਪਮੈਂਟ ਅਜੇ ਤੱਕ ਹੋਈ ਨਹੀਂ ਤੇ ਮੈਨੂੰ ਲੱਗਦਾ ਕਿ ਉਹ ਜਿਹੜੇ ਸਟਰਕਚਰਸ ਨੇ ਹਜੇ ਵੀ ਉੱਥੇ ਮੇਨਟੇਨ ਨੇ ਤੇ ਅੰਮ੍ਰਿਤਸਰ ਬੀਇੰਗ ਅ ਹਿਸਟੋਰੀਕਲ ਸਿਟੀ ਮੈਨੂੰ ਉੱਥੇ ਲੋਕੇਸ਼ਨਸ ਉੱਥੇ ਦੇ ਪਿੰਡ ਥੋੜਾ ਬਾਰਡਰ ਸਾਈਡ ਦੇ ਏਰੀਆ ਉਹ ਸਾਰੀ ਚੀਜ਼ਾਂ ਮੈਨੂੰ ਜ਼ਿਆਦਾ ਵਧੀਆ ਲੱਗੀ ਤੇ ਪੂਰਾ ਸ਼ੂਟ ਹੀ ਆਪਾਂ ਉੱਥੇ ਕੀਤਾ। ਸੁਰਿੰਦਰ ਭਾਜੀ ਤੁਹਾਨੂੰ ਥੀਏਟਰ ਥੋੜੀ ਹੈਲਪ ਕਰਦਾ ਹੈ ਜੀ ਐਕਟ ਕਰਦੇ ਹੋਏ ਯੂ ਬੀਨ ਵੈਰੀ ਨੈਚੁਰਲ। ਹਾਂਜੀ ਬਿਲਕੁਲ ਸਟਾਰਟ ਥੀਏਟਰ ਤੋਂ ਕੀਤਾ ਆ ਐਂਡ ਬਾਕੀ ਠੀਕ ਹੈ ਥੀਏਟਰ ਐਂਡ ਦਿਸ ਫਿਲਮ ਮੀਡੀਆ ਜਾਂ ਆਪਾਂ ਕੈਮਰਾ ਕਹਿਲੀਓ ਦੋਨੋਂ ਅਲੱਗ ਅਲੱਗ ਚੀਜ਼ਾਂ ਆ ਤੇ ਹੈਲਪ ਜ਼ਰੂਰ ਹੈ ਕਿਉਂਕਿ ਇੱਕ ਰਿਸਪੋਂਸ ਦੀ ਗੱਲ ਹੁੰਦੀ ਜਿੱਦਾਂ ਹੁਣ ਆਪਾਂ ਆਪਸ ਗੱਲਬਾਤ ਕਰ ਰਹੇ ਹਾਂ ਤੇ ਅਤੇ ਜਿੱਦਾਂ ਅਸੀਂ ਥੀਏਟਰ ਦੇ ਵਿੱਚ ਪਰਫਾਰਮੈਂਸ ਕਰਦੇ ਹਾਂ ਤੇ ਸਾਨੂੰ ਰਿਸਪੋਂਸ ਜਿਹੜਾ ਨਾਲੋ ਨਾਲ ਮਿਲ ਜਾਂਦਾ ਤੁਹਾਨੂੰ ਡਾਇਰੈਕਟ ਮਿਲ ਗਿਆ ਹੈ ਪਰ ਜਿਆਦਾ ਸੀ ਡਾਇਰੈਕਟ ਤੇ ਇਹਦੇ ਵਿੱਚ ਥੋੜਾ ਸਕੋਪ ਹੀ ਹੋ ਜਾਂਦਾ ਕਿ ਯਾਰ ਥੋੜਾ ਡਿਸਕਸ਼ਨਸ ਹੋ ਜਾਂਦੀਆਂ ਵੀ ਜੇ ਐਜ਼ ਐਨ ਐਕਟਰ ਨਹੀਂ ਫੀਲ ਲੱਗਿਆ ਕਿ ਠੀਕ ਨਹੀਂ ਹੈ ਭਾਈ ਨੇ ਕਹਿਤਾ ਬੱਲੀ ਬਾਰੇ ਨਹੀਂ ਭਾਈ ਮੇਰੇ ਵੱਲੋਂ ਓਕੇ ਹੈ ਚਲ ਇੱਕ ਹੋਰ ਆਪਾਂ ਕਰ ਲੈਂਦੇ ਹਾਂ ਇੰਪਰੋਵਾਈਜ਼ ਜਾਂ ਫਿਰ ਇਹਨਾਂ ਨੂੰ ਨਹੀਂ ਲੱਗਿਆ ਤੇ ਹਾਂ ਤੋ ਉਹ ਚੀਜ਼ ਜ਼ਰੂਰ ਹੈ ਬਟ ਇੱਕ ਜੋ ਕੰਫੀਡੈਂਸ ਹੈ ਜਾਂ ਕਿਉਂਕਿ ਇਹ ਵੀ ਜਿਵੇਂ ਕਹਿ ਲਓ ਕਿ ਇਟਸ ਅ ਵੈਰੀ ਕ੍ਰੀਏਟਿਵ ਜੌਬ ਰਾਈਟ ਸੋ ਕੰਫੀਡੈਂਸ ਡੈਫੀਨਿਟਲੀ ਥੀਏਟਰ ਹੈਲਪ ਕਰਦਾ ਹੈ। ਅਸਲੀ ਯੂ ਬੀਨ ਅ ਮਾਡਲ ਸੁਪਰ ਮਾਡਲ ਤੇ ਕੈਟਵਾਕ ਤਾਂ ਸਿੱਖੀ ਹੈ ਐਕਟਿੰਗ ਕੈਟ ਵੀ ਆ ਗਈ ਕੈਟ ਵੀ ਆ ਗਏ ਹਾਂਜੀ ਤੇ ਕੈਟਵਾਕ ਕੈਟ ਐਂਡ ਮਾਡਲ ਐਕਟਿੰਗ ਸਿੱਖੀ ਜਾਂ ਫਿਰ ਇਹਨਾਂ ਤੋਂ ਡਰਦੇ ਰਹੇ ਇਹਨਾਂ ਨੂੰ ਦੇਖ ਦੇਖ ਕੇ ਸਿੱਖੀ ਤਾਂ ਪਹਿਲੇ ਵੀ ਥੋੜਾ ਬਹੁਤ ਮੈਂ ਐਕਟਿੰਗ ਕੀਤੀ ਹੈ ਕੁਝ ਦੋ ਤਿੰਨ ਕੋਰਸਸ ਵੀ ਕੀਤੇ ਸੀ ਥੋੜਾ ਹਾਂ ਦੋ ਤਿੰਨ ਕੋਰਸਸ ਵੀ ਕੀਤੇ ਸੀ ਬੰਬੇ 'ਚ ਤੇ ਐਕਟਿੰਗ ਇੱਕ ਹੋਰ ਫਿਲਮ 'ਚ ਵੀ ਕੀਤੀ ਹੈ ਇਸ ਤੋਂ ਪਹਿਲਾਂ ਪਰ ਮਤਲਬ ਇੰਨੇ ਚੰਗੇ ਐਕਟਰਸ ਨਾਲ ਕੰਮ ਕਰ ਰਹੀ ਹਾਂ ਤਾਂ ਇਹਨਾਂ ਨੂੰ ਦੇਖ ਦੇਖ ਕੇ ਥੋੜ੍ਹਾ ਜਿਹਾ ਰੋਜ਼ ਆਪਣੇ ਆਪ ਨੂੰ ਥੋੜ੍ਹਾ ਇੰਪਰੋਵਾਈਜ਼ ਕਰ ਕਰਕੇ ਕਿ ਕਿੱਦਾਂ ਕੀਤਾ ਜਾ ਸਕਦਾ ਹੈ ਇਹ ਲੋਕ ਕਿੱਦਾਂ ਕਰ ਰਹੇ ਨੇ ਆਪ ਵੀ ਥੋੜ੍ਹਾ ਹੋਰ ਸਟੱਡੀ ਕਰਕੇ ਕੈਰੇਕਟਰ 'ਚ ਆ ਕੇ ਰੋਜ਼ ਹੀ ਚੇਂਜ ਕਰਦੀ ਸੀ ਥੋੜ੍ਹੇ ਬਿਕੋਜ਼ ਹਰ ਇੱਕ ਦਾ ਸਕੂਲ ਆਫ ਐਕਟਿੰਗ ਥੋੜ੍ਹੀ ਅੱਡ ਹੁੰਦੀ ਹੈ ਅਤੇ ਡਾਇਰੈਕਟਰ ਦਾ ਵੀ ਹਰ ਡਾਇਰੈਕਟਰ ਦਾ ਕੰਮ ਕਰਾਉਣ ਦਾ ਤਰੀਕਾ ਅੱਡ ਹੁੰਦਾ ਹੈ ਅਤੇ ਇਹਨਾਂ ਦੇ ਹਿਸਾਬ ਨਾਲ ਮੈਂ ਨਿਊ ਹਾਂ ਅਤੇ ਜਿੱਦਾਂ ਮੈਂ ਫਲੈਕਸੀਬਲ ਹੋ ਸਕਦੀ ਸੀ ਮੈਂ ਕੋਸ਼ਿਸ਼ ਕੀਤੀ ਹੈ ਪੂਰਾ ਹੋਣ ਦੀ ਅਤੇ
ਇਹਦਾ ਸਿਲੈਕਸ਼ਨ ਕਿਦਾਂ ਹੋਇਆ ਤੁਸੀਂ ਦੱਸੋ ਜੀ ਹਾਂਜੀ ਸਿਲੈਕਸ਼ਨ ਕਿਦਾਂ ਹੋਇਆ ਯੂ ਗੇਵ ਸਮ ਆਡੀਸ਼ਨ ਬਲੀ ਸਰ ਨੂੰ ਮੈਂ ਮਿਲੀ ਸੀ ਅਤੇ ਸਰ ਨੇ ਇੱਕ ਵਾਰੀ 15 ਮਿੰਟ ਗੱਲ ਕਰਨ ਤੋਂ ਬਾਅਦ ਕਿਹਾ ਸੀ ਕਿ ਮੈਂ ਤੈਨੂੰ ਸਕ੍ਰਿਪਟ ਦੇਣਾ ਉਹ ਤੂੰ ਆਪਣੇ ਹਿਸਾਬ ਨਾਲ ਪਰਫੋਰਮ ਕਰਕੇ ਦੇਈ ਐਂਡ ਦੋ ਸਕ੍ਰਿਪਟਾਂ ਦਿੱਤੀਆਂ ਸੀ ਦੋ ਅਲੱਗ ਅਲੱਗ ਸੀਨਸ ਹੈਗੇ ਸੀ ਉਹ ਮੈਂ ਕਿਤੇ ਫਿਰ ਸਰ ਨੂੰ ਤਾਂ ਚੰਗਾ ਲੱਗਿਆ ਹੀ ਅਤੇ ਉਹਨਾਂ ਨੇ ਕਿਹਾ ਬਟ ਫਾਈਨਲ ਕਾਲ ਨੈੱਟਫਲਿਕਸ ਦੀ ਸੀ ਉਹਨਾਂ ਨੂੰ ਮੈਂ ਠੀਕ ਲੱਗੀ ਨਹੀਂ ਲੱਗੀ ਕੁਛ ਇੱਕ ਹਫ਼ਤਾ ਵੇਟ ਕਰ ਕਰਕੇ ਨਰਵਸ ਹੋ ਜਾਏ ਹੋ ਗਿਆ ਫਿਰ ਫਾਈਨਲੀ ਸਰ ਨੇ ਕਾਲ ਕੀਤਾ ਰਲੀਪ ਸਰ ਹਰਿਆਣਾ ਕਿਚੋ ਹਰਿਆਣਾ ਕੁਝ ਕਹਿਣਾ ਚਾਹੋਗੇ ਮੌਜ ਲਓ ਰੋਜ਼ ਲਓ ਅੱਗੇ ਗਾਓ ਨਾ ਮਿਲੋ ਤਾਂ ਕੋਚ ਬਲਵਿੰਦਰ ਜੀ ਨੈੱਟਫਲਿਕਸ ਰਾਹੀਂ ਨਵੇਂ ਚਿਹਰਿਆਂ ਨੂੰ ਬੜਾ ਮੌਕਾ ਮਿਲਦਾ ਹੈ ਲੋਕਲ ਆਰਟਿਸਟ ਬੜੇ ਆ ਜਾਂਦੇ ਨੇ ਇਸ ਸ਼ੋਅ ਦੇ ਵਿੱਚ ਕਿੰਨੇ ਕੁ ਤੁਸੀਂ ਨਵੇਂ ਜਿਹੜੇ ਯੰਗ ਚਿਹਰੇ ਨੇ ਉਹਨਾਂ ਨੂੰ ਮੌਕਾ ਦਿੱਤਾ ਪੰਜਾਬ ਜਾਂ ਚੰਡੀਗੜ੍ਹ ਤੋਂ ਕੋਈ ਆਰਟਿਸਟ ਹੋਵੇ ਜਿਹਦਾ ਅੱਛਾ ਖਾਸਾ ਰੋਲ ਹੋਵੇ ਜਿਹਦੇ ਵਿੱਚ ਇੱਕ ਤੇ ਇੱਥੇ ਬੈਠੇ ਨੇ ਚੰਡੀਗੜ੍ਹ ਦੇ ਇਹਨਾਂ ਤੇ ਆਪਾਂ ਮੈਂ ਤੁਹਾਨੂੰ ਦੱਸਾਂ ਮੇਰੀ 80% ਜਿਹੜੀ ਕਾਸਟਿੰਗ ਹੈ ਨਾ ਉਹ ਮੈਂ ਪੰਜਾਬ ਤੋਂ ਕੀਤੀ ਹੈ ਤੇ ਬੰਬੇ ਤੋਂ ਬਹੁਤ ਘੱਟ ਕਾਸਟ ਕੀਤੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਜਿੱਥੇ ਦੀ ਤੁਸੀਂ ਮਿੱਟੀ ਦੀ ਕਹਾਣੀ ਕਹਿ ਰਹੇ ਹੋ ਨਾ ਤੁਹਾਨੂੰ ਉੱਥੇ ਦੇ ਹੀ ਕਿਰਦਾਰ ਉੱਥੇ ਦੇ ਹੀ ਐਕਟਰਸ ਨੂੰ ਲੈਣਾ ਚਾਹੀਦਾ ਅਤੇ ਜਦੋਂ ਆਪਾਂ ਅੰਮ੍ਰਿਤਸਰ ਸੀ ਤਾਂ ਉੱਥੇ ਤਾਂ ਆਪਾਂ ਬਹੁਤ ਹੀ ਜ਼ਿਆਦਾ ਆਪਾਂ ਉੱਥੇ ਸਾਰੇ ਉੱਥੇ ਹੀ ਸ਼ੂਟ ਕੀਤਾ ਅਤੇ ਭਾਵੇਂ ਬਠਿੰਡਾ ਤੋਂ ਹੋਣ ਭਾਵੇਂ ਚੰਡੀਗੜ੍ਹ ਤੋਂ ਹੋਣ ਭਾਵੇਂ ਪਟਿਆਲਾ ਤੋਂ ਆਉਣ ਅੰਮ੍ਰਿਤਸਰ ਗੁਰਦਾਸਪੁਰ ਤੋਂ ਵੀ ਪਠਾਨਕੋਟ ਤੋਂ ਵੀ ਕਾਫੀ ਹਰ ਹਰ ਜਗ੍ਹਾ ਤੋਂ ਐਕਟਿੰਗ ਸਾਰੇ ਐਕਟਰਸ ਲਏ ਸੀ ਪਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਤੁਸੀਂ 80-90 ਦਿਨ ਸ਼ੂਟ ਕਰਨਾ ਹੈ ਅਤੇ ਪੰਜਾਬ 'ਚ ਹੀ ਸ਼ੂਟ ਕਰਨਾ ਅਤੇ ਤੁਸੀਂ ਇੱਥੇ ਦੇ ਜਿਹੜੇ ਐਕਟਰਸ ਨੇ ਜਿਹੜੇ ਉੱਥੇ ਆ ਨਹੀਂ ਸਕਦੇ ਬੰਬੇ ਪਰ ਜਿਹੜੇ ਇੱਥੇ ਹੁਣ ਤਾਂ ਪੰਜਾਬੀ ਫਿਲਮਾਂ ਵੀ ਕਾਫੀ ਚੱਲ ਰਹੀਆਂ ਨੇ ਅਤੇ ਸਾਰਿਆਂ ਨੂੰ ਕੰਮ ਹੋਣਾ ਚਾਹੀਦਾ ਅਤੇ ਜਿਹੜੇ ਚੰਗੇ ਐਜ਼ ਅ ਡਾਇਰੈਕਟਰ ਆਲਸੋ ਤੁਹਾਨੂੰ ਉਹ ਫੇਸਿਸ ਮਿਲਦੇ ਨੇ ਜਿਹੜੇ ਉੱਥੇ ਦੇ ਅਥੈਂਟਿਕ ਹੁੰਦੇ ਆ ਤੇ ਫਿਰ ਮਜ਼ਾ ਆਉਂਦਾ ਉੱਥੇ ਸਿਨੇਮਾ ਬੜੀ ਛਾਪ ਛੱਡਦਾ ਹੈ ਆਪਣੇ ਵੱਲੋਂ ਤੇ ਜਿਸ ਤਰੀਕੇ ਦੇਖਿਆ ਜਾ ਰਿਹਾ ਪੰਜਾਬ ਦੀ ਡਾਰਕ ਸਾਈਡ ਤੁਸੀਂ ਇਹਦੇ ਵਿੱਚ ਸ਼ੋਅ ਕੀਤੀ ਹੈ ਕਿ ਅਸੀਂ ਉਮੀਦ ਕਰੀਏ ਕਿ ਅਗਲੀ ਜਿਹੜੀ ਤੁਹਾਡੀ ਸੀਰੀਜ਼ ਜਾਂ ਕੁਝ ਵੀ ਤੁਸੀਂ ਲੈ ਕੇ ਆਓਗੇ ਪੰਜਾਬ ਦੀ ਇੱਕ ਪੋਜ਼ਿਟਿਵ ਸਾਈਡ ਵੀ ਸ਼ੋਅ ਕਰੇਗੀ ਕਿਉਂਕਿ ਪੰਜਾਬ ਦੇ ਵਿੱਚ ਖੇਡਾਂ ਵੀ ਨੇ ਪੰਜਾਬ ਦੇ ਵਿੱਚ ਵਿਰਾਸਤ ਵੀ ਆ ਤੇ ਪੰਜਾਬ ਦਾ ਪਿਛੋਕੜ ਹੈ ਜਿਹੜਾ ਉਹ ਬੜਾ ਰਿਚ ਹੈ ਹੁਣ ਇਹ ਤੁਹਾਨੂੰ ਲੱਗਦਾ ਕਿ ਡਾਰਕ ਸਾਈਡ ਹੈ ਇਹ ਤੁਸੀਂ ਬੋਲ ਰਹੇ ਹੋ ਡਾਰਕ ਸਾਈਡ ਨਹੀਂ ਹੈ ਉਹ ਜਾਂ ਤਾਂ ਤੁਸੀਂ ਉਹ ਬੋਲੋ ਕਿ ਉਹ ਡਾਰਕ ਪੀਰੀਅਡ ਸੀ ਤੇ ਤੁਸੀਂ ਬੋਲੋ ਕਿ ਉਹ ਨਹੀਂ ਸੀ ਡਾਰਕ ਪੀਰੀਅਡ ਡਾਰਕ ਤੇ ਵਾਈਟ ਕੁਛ ਨਹੀਂ ਹੁੰਦਾ ਹੁਣ ਆਪਾਂ ਭਾਵੇਂ ਸਪੋਰਟਸ ਦਾ ਵੀ ਹੋਏ ਭਾਵੇਂ ਉਹ ਤਾਂ ਹੁਣ ਤੁਸੀਂ ਜਿਹੜੀ ਕਹਾਣੀ ਲਿਖੀ ਦੀ ਤੁਸੀਂ ਉਹਦੇ ਅਕੋਰਡਿੰਗਲੀ ਜਾਏਂਗੇ ਨਾ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਸੀਂ ਕਹਾਣੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਅਕੋਰਡਿੰਗਲੀ ਕੰਮ ਕਰਦੇ ਹੋ ਜੋ ਤੁਹਾਡਾ ਮਨ ਕਰਦਾ ਕਿ ਇਹ ਕਹਾਣੀ ਕਹਿਣੀ ਚਾਹੀਦੀ ਹੈ ਜੇ ਇਹੋ ਜਿਹੀ ਕਹਾਣੀ ਮਿਲੇਗੀ ਕੱਲ੍ਹ ਨੂੰ ਕੋਈ ਸਪੋਰਟਸ ਦੀ ਜਾਂ ਭੰਗੜਾ ਦੀ ਜਾਂ ਕੁਛ ਇਹੋ ਜਿਹੀ ਹੋਏਗੀ ਤੇ ਉਹ ਵੀ ਬਣਾਵਾਂਗੇ ਕਹਾਣੀ ਜੇ ਦਮਦਾਰ ਹੋਵੇ ਤਾਂ ਨਵੇਂ ਚਿਹਰਿਆਂ ਨਾਲ ਰਿਸਕ ਕਿੰਨਾ ਪਰਸੈਂਟ ਘੱਟ ਜਾਂਦਾ ਦੇਖੋ ਇਹ ਚੀਜ਼ ਨੈੱਟਫਲਿਕਸ ਵਰਗੇ ਪਲੇਟਫਾਰਮ ਜਿਹੜੇ ਆਏ ਨੇ ਉਹਨਾਂ ਵਾਸਤੇ ਉਹ ਬੜਾ ਵਧੀਆ ਨੇ ਕਿ ਉਹ ਇਸ ਲਿਮਿਟੇਸ਼ਨ 'ਚ ਨਹੀਂ ਰਹਿੰਦੇ ਕਿ ਸਾਨੂੰ ਇਹ ਚਾਹੀਦਾ ਸਾਨੂੰ ਇਹ ਚਾਹੀਦਾ ਉਹ ਪੂਰੀ ਫਰੀਡਮ ਦਿੰਦੇ ਨੇ ਕਿ ਤੁਸੀਂ ਚੰਗੇ ਐਕਟਰ ਲੈ ਕੇ ਚੰਗੀ ਸੀਰੀਜ਼ ਬਣਾਓ ਕਿਉਂਕਿ ਇਹ ਇੰਟਰਨੈਸ਼ਨਲ ਪਲੇਟਫਾਰਮ ਹੈ ਇਹ ਸਾਰੇ ਓਵਰਸੀਜ਼ ਵੀ ਸਾਰਿਆਂ ਨੇ ਦੇਖਣਾ ਹੁੰਦਾ ਅਤੇ ਉਹ ਇਹਦਾ ਬੜਾ ਫਾਇਦਾ ਹੈ ਕਿ ਜਿਹੜੀ ਸੀਰੀਜ਼ ਦਾ ਫਿਲਮਾਂ 'ਚ ਲਿਮਿਟੇਸ਼ਨ ਹੁੰਦੀ ਹੈ ਥੋੜ੍ਹੀ ਜਿਹੀ ਪਰ ਸੀਰੀਜ਼ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਣੀ ਕੋਈ ਲਿਮਿਟੇਸ਼ਨ ਹੈ अजीब है उसको तो एक्टिंग करनी है क्या फर्क पड़ता है एक्टर को पर उससे एक्टर को क्या फर्क पड़ता है चाहे वो थिएटर में लगे या आप सीरीज नेटफ्लिक्स में देखो या कहीं और थिएटर पे स्टेज पे उसको तो परफॉर्म करना है ये राइटर डायरेक्टर के लिए क्वेश्चन वैलिड है पर मुझे नहीं लगता एक्टर के लिए क्वेश्चन वैलिड है तो मैं बोल रहा हूँ ना मुझे बड़ा मजा आता है लॉन्ग फॉर्मेट कई कहानियां होती है जो आप 2 घंटे में कहना चाहते हो कई कहानियां खुद ऐसी होती है कि वो 2 घंटे में नहीं समाती तो फिर आपको पूरा एक लॉन्ग फॉर्मेट करना पड़ता है सीजन 2 आएगा और आप जिमिंग कर रहे हो रणदीप सर जिमिंग कर रहे हो या वेट लॉस कर रहे हो मैं तो यार वेट लॉस कर रहा हूँ मैं कर रहा हूँ कुछ तुम्हें बताऊंगा उसके लिए दूसरी ड्रेस हरियाणवी में नहीं ऐसा कुछ हरियाणवी में तो कोई प्रोजेक्ट नहीं आ रहा हाँ पर शायद लाल रंग 2 की बातें चल रही लेकिन आपको वो किरदार कैसे आप करते हो सरद जी
वो पंजाबी कैरेक्टर सेम नहीं होते, पंजाबी कैरेक्टर कुछ नहीं होते, हरियाणवी कैरेक्टर कुछ नहीं होते, कोई कॉप कुछ नहीं होता, वो सब ह्यूमन बींग होते हैं, जैसे हम लोग सब इंडिविजुअल होते हैं वैसे ही सब इंडिविजुअल होते हैं। मैं अपने खुद के काम से ना इम्प्रेस होके और मैं कोशिश करता हूँ कि जीरो पे जाके फिर से शुरू करूँ, तो शायद इसलिए मैं नयापन लेके आ सकता हूँ, वो मैं अपने लिए करता हूँ, कीप माई ओन वर्क इंटरेस्टिंग फॉर माई सेल्फ एंड देर इज अ स्ट्रगल टू इट, देर इज अ फ्रस्ट्रेशन टू इट एंड यू नेवर गेट। So one more follow-up question, how do you bring yourself to the zero neutral position, because it's hard to do. It's the fear that maybe today they will discover that I don't know how to act. Thank you, sir. Thank you.